ਇਹ ਨਰਸਰੀ ਹੈ ਬੇਹੱਦ ਕਮਾਲ। 10 ਰੁਪਏ ਤੋਂ ਲੈ ਕੇ ਮਿਲਦੇ ਨੇ 15 ਲੱਖ ਤੱਕ ਦੇ ਪੌਦੇ। ਪੰਜਾਬੀ ਗਾਇਕ ਤੇ ਅਦਾਕਾਰ ਵੀ ਆਉਂਦੇ ਨੇ ਇੱਥੇ, ਵਿਦੇਸ਼ਾਂ ਤੋਂ ਵੀ ਮੰਗਵਾਏ ਜਾਂਦੇ ਨੇ ਮਹਿੰਗੇ ਪੌਦੇ। ਦਵਾਈਆਂ ਵਾਲੇ ਪੌਦੇ ਵੀ ਮਿਲਦੇ ਨੇ ਇੱਥੇ। ਸਰ, ਸਾਡੀ ਨਰਸੀ ਦਾ ਨਾਮ ਹੈ ਨਿਊ ਜਨਤਾ ਇੰਟਰਨੈਸ਼ਨਲ ਨਰਸੀ, ਮਲੇਰਕੋਟਲਾ ਦੇ ਵਿੱਚ ਹੈ। ਅਤੇ ਅਸੀਂ ਉਰੇ ਕਾਫੀ, ਮਤਲਬ ਕਿ ਜਿਹੜਾ ਇਹ ਕੰਮ ਹੈ ਪੇੜ ਪੌਦਿਆਂ ਦਾ, ਸਾਡੇ ਦਾਦੇ ਤੋਂ ਚੱਲਦਾ ਆ ਰਿਹਾ, ਪੀੜ੍ਹੀ ਤੋਂ ਪੀੜ੍ਹੀ, ਤੀਸਰੀ ਪੀੜ੍ਹੀ ਚੱਲ ਰਹੀ ਹੈ ਹੁਣ ਸਾਡੇ। ਸਰ, ਸਾਡੇ ਦਾਦਾ ਜੀ ਨੇ ਇਹ ਪੌਦਾ ਲਾਇਆ ਤਾਂ ਉਹਦੀ ਇੱਕ ਸ਼ਾਂਖ ਦੇ ਵਿੱਚੋਂ ਮੈਂ ਮੌਜੂਦ ਹਾਂ, ਉਸ ਪੇੜ ਦੀ ਇੱਕ ਸ਼ਾਂਖ ਦੇ ਵਿੱਚੋਂ ਜਿਹਦੇ ਵਿੱਚੋਂ ਇੱਕ ਮੈਂ ਮੌਜੂਦ ਹਾਂ। ਸਾਡੇ ਕੋਲ ਪਲਾਂਟ ਕਾਫੀ ਕੋਸਟਲੀ ਨੇ, ਵੈਸੇ ਤਾਂ ਵੈਸੇ ਹੀ ਹਰ ਪੌਦਾ ਇੱਕ ਕੀਮਤ ਰੱਖਦਾ। ਜਿਵੇਂ ਕਿ ਮੈਡੀਸਿਨ ਪਲਾਂਟ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤਾਂ ਮੈਡੀਸਿਨ ਪਲਾਂਟ ਦੇ ਵਿੱਚ ਇੱਕ ਇੱਕ ਚੀਜ਼ ਦੇ ਉੱਪਰ ਬਹੁਤ ਸੋਹਣਾ ਖੇਤੀਬਾੜੀ ਦੇ ਆਧਾਰ 'ਤੇ ਕੰਮ ਕੀਤਾ ਜਾ ਸਕਦਾ। ਕਿੱਦਾਂ, ਜਿਵੇਂ ਕਿ ਆਲੋਵੀਰਾ, ਆਲੋਵੀਰਾ ਦਾ ਇੱਕ ਐਸਾ ਪਲਾਂਟ ਹੈ ਆਲੋਵੀਰਾ, ਉਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਗੁਣਕਾਰੀ ਪੇੜ ਹੈ। ਅਤੇ ਇਸੇ ਤਰ੍ਹਾਂ ਹਰੇਕ ਪਲਾਂਟ ਦੇ ਵਿੱਚ ਅੱਗੇ ਦੀ ਅੱਗੇ ਉਹਦੇ ਚੀਜ਼ ਦੇ ਪ੍ਰੋਜੈਕਟ ਲੱਗਦੇ ਨੇ। ਜਿਵੇਂ ਆਲੋਵੀਰਾ 'ਤੇ ਬਹੁਤ ਬੜਾ ਪ੍ਰੋਜੈਕਟ ਹੋ ਸਕਦਾ। 75% ਜਿਹੜੀਆਂ ਫੇਸ ਕਰੀਮਾਂ ਨੇ ਉਹਨਾਂ ਵਿੱਚ ਆਲੋਵੀਰਾ ਦੀ ਵਰਤੋਂ ਹੁੰਦੀ। ਦੇਖੋ ਜੀ, ਪਲਾਂਟ ਦੇ ਵਿੱਚ ਜਿਹੜੇ ਪੌਦਿਆਂ ਦੀ ਨਸਲਾਂ ਨੇ, ਜਿਵੇਂ ਕਿ ਅਸੀਂ ਬੋਨਸਾਈਜ ਪਲਾਂਟ ਬਾਹਰੋਂ ਇੰਪੋਰਟ ਕਰਦੇ ਹਾਂ, ਉਹਨਾਂ ਦੇ ਵਿੱਚ ਕਾਫੀ ਨਸਲਾਂ ਕਾਫੀ ਕੋਸਟਲੀ ਹੁੰਦੀਆਂ ਨੇ। ਇਹ ਸਮੇਂ ਦੇ ਮੁਤਾਬਕ ਇਹਨਾਂ ਦੀ ਕੀਮਤ ਹੁੰਦੀ ਹੈ ਪਲਾਂਟਾਂ ਦੀ। ਹਾਂ, ਵੀ 40 ਸਾਲ ਪੁਰਾਣਾ, 50 ਸਾਲ ਪੁਰਾਣਾ, ਜਿੰਨੀ ਸਮਾਂ ਹੁੰਦਾ ਉਹਦੇ ਮੁਤਾਬਕ 10 ਲੱਖ ਦਾ ਪਲਾਂਟ, 15 ਲੱਖ ਦਾ, ਉਹ ਅਲੱਗ ਅਲੱਗ ਉਹਦੇ ਵਿੱਚ ਆਉਂਦੀਆਂ ਨੇ ਪੌਦਿਆਂ ਦੀ ਉਮਰ ਦੇ ਮੁਤਾਬਕ। ਦਵਾਈ ਦੇ ਤੌਰ 'ਤੇ ਜਿਹੜੇ ਵਰਤਦੇ ਹਾਂ ਆਪਾਂ ਹਰੇਕ, ਜਿਵੇਂ ਕਿ ਮੈਂ ਆਲੋਵੀਰਾ ਦੇ ਉੱਪਰ ਕਰ ਰਿਹਾ ਸੀ, ਤਾਂ ਜਿਹੜੇ ਆਪਾਂ ਨੇ ਪਲਾਂਟ ਦੇਖੇ ਸਟੀਵੀਆ ਦੇ ਉੱਪਰ, ਜਿਹੜੀ ਕਿ ਸਟੀਵੀਆ ਦੀ ਜਿਹੜੀ ਚੀਨੀ ਹੈ, ਜਿਹੜੀ ਆਪਾਂ ਸ਼ੂਗਰ ਫ੍ਰੀ ਆਪਾਂ ਦਿੰਦੇ ਹਾਂ ਆਪਣੇ ਕਿਸੇ ਵੀ ਜਿਹਨੂੰ ਸ਼ੂਗਰ ਹੋ ਜਾਂਦੀ ਹੈ, ਤਾਂ ਉਹਦੇ ਵਿੱਚ ਜਿਹੜਾ ਹੈਗਾ ਤਾਂ ਚੀਨੀ ਜਿਹੜੀ ਬਣਦੀ ਹੈ ਉਹ ਸਟੀਵੀਆ ਦੀ ਹੀ ਬਣਦੀ ਹੈ। ਅਤੇ ਇਸੇ ਤਰ੍ਹਾਂ ਫਿਰ ਆਪਾਂ ਗੱਲ ਕਰੀਏ ਜਿਵੇਂ ਕਿ ਚੰਦਨ ਦਾ ਪੇੜ, ਚੰਦਨ ਦੇ ਅਰਕ ਵੀ ਨਿਕਲਦੇ ਨੇ। ਇਸੇ ਤਰ੍ਹਾਂ ਹਰ ਚੀਜ਼ ਆਪਣੇ ਆਪ ਦੇ ਵਿੱਚ ਬਹੁਤ ਅੱਗੇ ਹੈ। ਇਸੇ ਤਰ੍ਹਾਂ ਅਸੀਂ ਇੱਕ ਆਹ ਪੇੜ ਦੇ ਉੱਪਰ ਉੱਪਰ ਅਸੀਂ ਆਹ ਬਣਾਈ ਹੈ ਹੱਟ, ਇਹਦੇ ਵਿੱਚ ਆਹ ਦੇਖੋ ਆਹ ਕਚਨਾਰ ਦਾ ਪੇੜ ਹੈ। ਕਚਨਾਰ ਦਾ ਪੇੜ ਦੇ ਬਾਰੇ ਇੱਦਾਂ ਆਉਂਦਾ ਹੈ ਵੀ ਇਹ ਮੈਡੀਸਿਨ ਪਲਾਂਟ ਹੈ, ਇਹਦੀਆਂ ਜਿਹੜੀਆਂ ਕਲੀਆਂ ਨੇ ਕਾਫੀ ਸਬਜ਼ੀਆਂ ਦੇ ਵਿੱਚ ਵੀ ਪੈਂਦੀਆਂ ਨੇ ਅਤੇ ਹੋਰ ਬਹੁਤ ਗੁਣਕਾਰੀ ਸਾਬਤ ਹੁੰਦੀਆਂ ਨੇ ਇਹ। ਅਤੇ ਇਸੇ ਤਰ੍ਹਾਂ ਪਲਾਂਟ ਦੇ ਵਿੱਚ ਅਗਰ ਬਿਊਟੀ ਦੇ ਵਿੱਚ ਦੇਖੀਏ ਤਾਂ ਆਹ ਵਾਲਾ ਪਲਾਂਟ ਦੇਖ ਰਹੇ ਹੋ ਤੁਸੀਂ, ਇਹਨੂੰ ਲਿਪਸਟਿਕ ਪਲਾਂਟ ਹੈ। ਇਹ ਕੁਛ ਦਿਨ ਪਹਿਲਾਂ ਸਾਡੇ ਬ੍ਰਦਰ ਨੇ ਇੰਪੋਰਟ ਕੀਤੇ ਨੇ, ਬਾਹਰੋਂ ਆਏ ਨੇ। ਅਤੇ ਇਹ ਪਲਾਂਟ ਨੂੰ ਤੁਸੀਂ ਦੇਖ ਸਕਦੇ ਹੋ, ਇਹਨੂੰ ਪਾਣੀ ਵਿੱਚ ਇੱਦਾਂ ਹੀ ਰੱਖਣਾ, ਇਹਦਾ ਪਾਣੀ ਬਦਲਦੇ ਰਹਿਣਾ। ਸਰਦੀਆਂ ਦੇ ਵਿੱਚ ਜਦੋਂ ਗੱਲ ਕਰੀਏ ਜਾਂ ਹੁਣ ਜਿਹੜੇ ਗਾਰਡਨ ਦੇ ਵਿੱਚ ਤਬਦੀਲੀ ਹੁੰਦੀ ਹੈ ਉਹ ਇਹ ਹੁੰਦੀ ਹੈ ਵੀ ਜਿੱਦਾਂ ਕਿ ਸੀਜ਼ਨਲ ਫਲਾਵਰ ਚੱਲਦੇ ਨੇ, ਜਿਵੇਂ ਕਿ ਅਸੀਂ ਤੁਹਾਨੂੰ ਫੋਟੋਆਂ ਦੇਵਾਂਗੇ ਨਾਲ। ਸੀਜ਼ਨਲ ਫਲਾਵਰ ਕੀ ਹੁੰਦੇ ਨੇ, ਟਾਈਮ ਟੂ ਟਾਈਮ ਚੇਂਜ ਕਰਨੇ ਪੈਂਦੇ ਨੇ ਗਾਰਡਨ ਦੇ ਵਿੱਚ ਤਾਂ ਕਿ ਅੱਛੀ ਬਿਊਟੀ ਆਵੇ ਇੱਕ ਲੌਨ ਦੇ ਵਿੱਚ। ਹਾਂ, ਇਸੇ ਤਰ੍ਹਾਂ ਅਸੀਂ ਕਹਿਣਾਗੇ ਕਿਸਾਨਾਂ ਨੂੰ, ਇਹ ਕਹਿਣਾ ਚਾਹੁੰਦੇ ਹਾਂ ਵੀ ਕੋਈ ਵੀ ਚੀਜ਼ ਕਿਸੇ ਵੀ ਤਰ੍ਹਾਂ ਦੀ, ਜਿਵੇਂ ਕਿ ਅੱਜ ਦਾ ਮਾਹੌਲ ਚੱਲ ਰਿਹਾ, ਅੱਜ ਕੱਲ੍ਹ ਆਪਣੇ ਬੱਚੇ ਆਹ ਨਹੀਂ ਖਾਂਦੇ ਹੈਗੇ, ਜਿਵੇਂ ਕਿ ਦੇਖਦੇ ਹੋ ਤੁਸੀਂ ਪੀਜ਼ਾ ਵਗੈਰਾ ਖਾਂਦੇ ਹੈ। ਅਸੀਂ ਅੱਜ ਬਿੱਟੂ ਵੀਰ ਕੋਲ ਆਏ ਸੀਗੇ ਲੈਣ ਇੱਥੇ ਆਪਣੇ ਘਰ ਜਿਹੜੇ ਬੂਟੇ ਫਲ ਵਗੈਰਾ ਦੇ, ਦੂਸਰੇ ਵੀ ਲੈ ਕੇ ਸੀ ਇਹਨਾਂ ਦੇ ਬਜ਼ੁਰਗਾਂ ਨੂੰ, ਸਾਡੇ ਪਹਿਲਾਂ ਬਜ਼ੁਰਗ ਲੈ ਕੇ ਜਾਂਦੇ ਰਹੇ ਨੇਗੇ, ਸਿਆਲਾਂ ਦੇ ਸਿਆਲ 'ਚ ਲੱਗਦੇ ਨੇ, ਗਰਮੀਆਂ ਦੇ ਗਰਮੀ 'ਚ ਲੱਗਦੇ ਨੇਗੇ। ਅਸੀਂ ਮੈਂ ਹੈਰਾਨ ਰਹਿ ਗਿਆ ਜੀ ਇੱਥੇ ਆ ਕੇ, ਵੀਰ ਨੇ ਜਦੋਂ ਸਾਨੂੰ ਦੱਸਿਆ ਵੀ ਆਹ ਜੜੀਆਂ ਬੂਟੀਆਂ ਵੀ ਤੁਸੀਂ ਦਵਾਈਆਂ ਦੇ ਮੈਡੀਸਨ ਪੌਦੇ ਨੇਗੇ ਜਿਹੜੇ ਇੱਥੇ ਬਣਦੇ ਨੇਗੇ, ਹੋਰ ਬਹੁਤ ਕੁਛ ਦੇਖਣ ਨੂੰ ਮਿਲਿਆ ਪਲਾਂਟ। ਜਿਵੇਂ ਕਿਸਾਨ ਵੀਰਾਂ ਨੂੰ ਆਪਾਂ ਕਹਿ ਰਹੇ ਹਾਂਗੇ ਵੀ ਥੋੜ੍ਹੀ ਜ਼ਮੀਨ ਦੇ ਵਿੱਚੋਂ ਵੱਧ ਆਮਦਨ ਲੈਣ ਵਾਸਤੇ ਇਹਨਾਂ ਕੋਲ ਜਿਹੜੇ ਹੈਗੇ ਨੇ ਪ੍ਰੋਜੈਕਟ, ਬੂਟੇ ਪੌਦੇ ਲਾਓ, ਜਿਵੇਂ ਵੀਰ ਨੇ ਸਮਝਾਇਆ ਹੈਗਾ ਸਾਨੂੰ, ਬਹੁਤ ਵਧੀਆ ਲੱਗਿਆ ਇੱਥੇ ਇਹਨਾਂ ਕੋਲ ਆ ਕੇ। ਹੋਰ ਘੱਟ ਕਿਸਾਨਾਂ ਨੂੰ ਲੱਗਦਾ ਕਿ ਜਿਹੜੀ ਹੈਗੀ ਆ ਜ਼ਰੀਆ ਬਣ ਸਕਦਾ ਆਮਦਨ ਦਾ, ਕਿਸਾਨਾਂ ਨੂੰ ਬਹੁਤ ਵਧੀਆ ਆਮਦਨ ਦਾ ਜ਼ਰੀਆ ਬਣਦਾ ਹੈਗਾ ਜੀ।
थोड़ी जमीन के वध पैदावार लैन वास्ते भी वीर होना ने जिम्मे दस्या गया भी धनिए का लाओ आ प्रोजेक्ट इस तरह होर बहुत इन्हों को बहुत ने 10 रुपए तो लैके 10 लाख तक का सुखा जी बूटा नेगे इन्हों को जोड़े बहरों एक्सपोर्ट करते है इंपोर्ट करते हैं बहुत वधिया इन्हों का काम हैगा तो बहुत इमानदारी साफ सुथरा बिजनेस है। बूटे असं लैके जाते रहना हर बार सियाल अलग लगते हैं गर्मियों के अलग है एक माली वगैरह अपन आप बूटियां कुदरत को प्यार करना चाहिए गा जिस तरह बूटियां पानी आप पाओ ये भी बूटे भी घरें ला सकते हैं जे सू आप शौक आ जे आप शौक नहीं है आप दूजे बंद कही भी पानी बच्चे पा देंगे नहीं एक इन्हों बच्चों वागू पालना पैंता फिर ग्रीनरी सोडा आपका कुदरती चाह उठ के पीओ आपके टेबल पर बैठ के बूटियां पानी देखो यदा सोडे कुदरती गल् करते रहेंगे जी वातावरण साफ सुथरा रहा। बाकी आ सू दिखाए ने इन्होंने बिट्टू वीर होना ने असं पहल तो भी बूटे इन्हों को लैके जाते रहने कोई बूटा मरदा नहीं गा कोई बाकी फोन पर भी सूँ कोई गलबात कोई दवाई बूटी बगा दसते हैं गए ये बंदा ही भेज देंगे कोई जो भी आप बूटे बीमारी समारी जी भी कोई लगती हैगी बहुत वधिया मन साडा बहुत खुश है इन्ने वधिया उरे अज आ गए अज होर जी नवी गल दसी इन्होंने भी जोड़े बूटे ने गे मैडिसन ने गे एक चंदन का बूटा है जी वे बारे दस वह भी मैं लैके जा रहा 4-5 बूटे तो वो नवी गल जिद देखने मिली अगे तो सुनते थी पपीतिया का जोड़ा गा जोड़ा भी अजे लगते भी पपीते फिर लगते हैं वो बिच एक जड़ा के बूटी आ पहाड़ी बूटी चंदा का बूटा अलग है जड़ा चो बूटी करके वह चाहता है देखो नवी कुदरती देन है कुदरती नवी गल सुनी हैगी बहुत वधिया लगे जी उरे आके इन्हां कोले असीं हर साल इन्हां कोले आउने आ सियालां दे सियालां च गर्मी दे गर्मी च बूटे लैके जाने बहुत वधिया मन लगे बिट्टू जी बहुत वेरी नाइस बंदे ने।